क्या तुसी जो कि इस समय हॉट सीट बनी हुई है कि उत्थे पुख्ता प्रबंध किए हुए ने, सीसीटीवी कैमरे तक लगा दिए ने, तो हुण रुख कर लैने आ बठिंडे दा कि आखिरकार बठिंडे दे विच पोलिंग बूथ ते किस तरह प्रबंध किए हुए ने। जायजा लिया गया इंडिया न्यूज़ पंजाब दी टीम दे वल्लों, झात बठिंडे वल भी मार लैने आ। ਇਲੈਕਸ਼ਨ 2022 ਦੀਆਂ ਚੋਣਾਂ ਜੋ 20 ਫਰਵਰੀ ਕੱਲ ਨੂੰ ਹੋਣ ਜਾ ਰਹੀਆਂ ਨੇ, ਉਹਨਾਂ ਲਈ ਜੋ ਤਿਆਰੀਆਂ ਨੇ, ਜੋ ਸਮੱਗਰੀ ਦਿੱਤੀ ਜਾ ਰਹੀ ਹੈ, ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਜੋ ਸਮੱਗਰੀ ਹੈ ਉਹਦੇ ਸ਼ੋਟ ਦਿਖਾਏ ਜਾਣ, ਜੋ ਸਮੱਗਰੀ ਇਹਨਾਂ ਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਔਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਤਰ੍ਹਾਂ ਦੀ ਜੋ ਸਮੱਗਰੀ ਹੈ ਕੱਲ੍ਹ ਕਿਸ ਤਰ੍ਹਾਂ ਵੋਟਿੰਗ ਕਰਵਾਉਣੀ ਹੈ ਉਸ ਨੂੰ ਲੈ ਕੇ ਪ੍ਰੋਪਰ ਤੌਰ 'ਤੇ ਜੋ ਤਿਆਰੀਆਂ ਹੈ ਉਹ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ। ਡਿਪਟੀ ਕਮਿਸ਼ਨਰ ਵੀ ਇੱਥੇ ਆਏ ਹੋਏ ਨੇ, ਡਿਪਟੀ ਕਮਿਸ਼ਨਰ ਵੀ ਆਏ ਹੋਏ ਨੇ ਔਰ ਐਸਐਸਪੀ ਵੀ ਆਏ ਹੋਏ ਨੇ। ਤਾਂ ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਕਿ ਜੋ ਆ ਪ੍ਰੋਪਰ ਤੌਰ 'ਤੇ ਸਾਰੀ ਜੋ ਕਵਰੇਜ ਆ ਉਹ ਦਿਖਾਈ ਜਾਵੇ, ਜਿਸ ਤਰ੍ਹਾਂ ਇਹਨਾਂ ਨੂੰ ਸਮੱਗਰੀ ਦਿੱਤੀ ਜਾ ਰਹੀ ਹੈ, ਜੋ ਸਮੱਗਰੀ ਆ ਉਹ ਇਹਨਾਂ ਨੂੰ ਹੈਂਡਓਵਰ ਪਹਿਲਾਂ ਟ੍ਰੇਨਿੰਗ ਦੇ ਕੇ ਸਮੱਗਰੀ ਦਿੱਤੀ ਜਾ ਰਹੀ ਹੈ, ਕੱਲ੍ਹ ਨੂੰ ਵੋਟ ਆ ਜੋ ਫੇਅਰ ਤਰੀਕੇ ਨਾਲ ਹੋ ਸਕਣ। ਔਰ ਦੂਸਰੀ ਗੱਲ ਹੈ ਕਿ ਇਹ ਜਿਸ ਤਰ੍ਹਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਇਹਨਾਂ ਨਾਲ ਮੁਕੰਮਲ ਕਰਨੀ ਚਾਹਵਾਂਗੇ ਕਿਸ ਤਰ੍ਹਾਂ ਦੇ ਜੋ ਸਮੱਗਰੀ ਆ ਉਹ ਹੈਂਡਓਵਰ ਕਰ ਦਿੱਤੀ। ਹਾਂਜੀ, ਸਾਰਾ ਮਟੀਰੀਅਲ ਮਿਲ ਗਿਆ, ਅਸੀਂ ਮੈਚ ਕਰ ਰਹੇ ਹਾਂ, ਚੈੱਕ ਕਰ ਰਹੇ ਹਾਂ, ਇਹ ਆਫਿਸ ਤੋਂ ਸਾਰਾ ਕੁਝ ਹੈ, ਚੱਲ ਰਿਹਾ ਜੀ, ਚੈੱਕ ਕਰ ਰਹੇ ਹਾਂ। ਹਾਂਜੀ ਸਰ, ਚੈੱਕ ਕਰ ਰਹੇ ਹਾਂ। ਮਹਿਲਾ ਜੋ ਡਿਊਟੀ 'ਤੇ ਆਏ ਹੋਏ ਨੇ ਕੈਮਰਾਮੈਨ ਇੰਦਰਪ੍ਰੀਤ ਜਨਰਲ ਗੋਵਿੰਦਰ ਗੋਵਰ ਇੰਡੀਆ ਨੂੰ ਖੜੇ ਕਰਦਾ।